अपनी गुंगी बोली बच्ची दा भविख बनाउण लई देखो उसकी मां ने किन्ना संघर्ष किया। अपनी धी दे नाल होरना गुंगे बोले बच्चियां नूं वी दे रही है सिक्ख्या। की है सरकार नूं अपील, देखो साडी ए रिपोर्ट। साडे ग्रंथां विच मां नूं रब दा दर्जा दित्ता गया है, जिसकी मिसाल मिलती है बटाला शहर विच, जिथे दी रमनदीप कौर ने अपनी गुंगी बोली धी लई आप भी गुंगे बोले स्कूल विच जाके पढ़ाई कीती, नाल ही अपनी धी नूं वी सिक्ख्या दवाई। रमनदीप कौर ने अपनी गुंगी बोली धी लई आप भी गुंगे बोले स्कूल विच जाके पढ़ाई कीती, नाल ही अपनी धी नूं वी सिक्ख्या दवाई। रमनदीप ने अपनी धी लई अपने घर ही गुंगे बोले बच्चियां लई खोल दित्ता स्कूल, जिथे हुण सतवीं जमात तक दा स्कूल चलदा है। रमनदीप कौर, ਇਹ ਦੱਸੋ ਕਿ ਪਰਿਵਾਰ 'ਚ ਕੌਣ ਕੌਣ ਆ ਔਰ ਕਦੋਂ ਪਤਾ ਲੱਗਿਆ ਕਿ ਬੇਟੀ ਜਿਹੜੀ ਆ ਸਪੈਸ਼ਲ ਆ? ਮੇਰੀ ਫੈਮਿਲੀ 'ਚ ਮੈਂ, ਮੇਰੇ ਮਦਰ ਇਨ ਲੋ, ਫਾਦਰ ਇਨ ਲੋ, ਹਸਬੈਂਡ, ਮੇਰਾ ਛੋਟਾ ਬੇਟਾ ਇੱਕ 7th ਗ੍ਰੇਡ 'ਚ ਪੜ੍ਹਦਾ, ਅਤੇ ਜਦੋਂ ਜੈਸਮਨ 15 ਮੰਥ ਦੀ ਸੀਗੀ ਉਦੋਂ ਮੈਨੂੰ ਪਤਾ ਲੱਗਾ ਸੀਗਾ ਕਿ ਜੈਸਮਨ ਦੀ ਹੇਅਰਿੰਗ ਪ੍ਰੋਬਲਮ ਹੈ, ਪ੍ਰੋਫਾਊਂਡ ਹੇਅਰਿੰਗ ਲੋਸ ਹੈ, ਉਦੋਂ ਪਤਾ ਲੱਗਾ ਸੀਗਾ। ਉਸ ਦੇ ਮਨ 'ਤੇ ਕੀ ਬੀਤੀ? हाँ, मैं अंत काफ़ी, क्योंकि उदों पहला बच्चा सीगा जैसमिन, फर्स्ट चाइल्ड से साडा, ते सानू काफ़ी फील होया सीगा कि किदा हो गया, क्योंकि बड़ा कुछ सोचीदा है कि जो बच्चा होने वाला हुंदा कि बढ़िया ड्रीम्स हुंदे ने, ते एकदम ते थोड़ा झटका तो लगा सीगा। जैसमिन 2.5 साल दी हुई, हाँ जी, उदों दे स्कूलिंग किस तरह शुरू हुई और कितने कितने तुसी जाके स्कूल दी ट्राई? जैसमन का जिदा 15 महीने की पता लगा सीगा कि जैसमन डैफ है, तो मेलबर्न उस टाइम असी मेलबर्न सीगे, तो मेलबर्न ये फैसिलिटी सी कि जदों इदा पता लगता है कि स्पेशल चाइल्ड है तो वह घर विजिट करते हैं, सानू कंसोल करते हैं कि पेरेंट्स डिप्रैशन ना चल जाए जा की फील करते हैं, सानू पुछते हैं, तो उन्होंने फिर सानू रिकमेंड अगों किया। तो जैसमन जो 2 ईयर की हुई है, 2 ईयर का ही मैं ਕਿੰਡਰ ਗਾਰਡਨ ਸ਼ੁਰੂ ਕਰਵਾਤਾ ਸੀ, ਪਲੇ ਸਕੂਲ, ਜਿੱਥੇ ਇਹ 2 ਆਵਰ 3 ਆਵਰ ਜਾਂਦੀ ਹੁੰਦੀ ਸੀਗੀ, ਅਤੇ ਬਸ ਉਦੋਂ ਤੋਂ ਹੀ ਇਹਦਾ ਮੈਂ ਸਟਾਰਟ ਕਰ ਦਿੱਤਾ ਸੀਗਾ ਉੱਥੇ ਸਕੂਲ ਮੈਨੇਜਰ। ਜ਼ਿਆਦਾ ਪ੍ਰੋਬਲਮ ਮੈਨੂੰ ਆਈ ਇੱਥੇ ਵਾਪਸ ਪੰਜਾਬ ਆ ਕੇ, ਕਿ ਦਿੱਕਤਾਂ ਮੇਨ ਦਿੱਕਤਾਂ ਸਕੂਲ ਦੀਆਂ ਹੀ ਆਈਆਂ, ਜਦੋਂ ਇੱਥੇ ਲੋਕਲ ਕੋਈ ਸਕੂਲ ਨਹੀਂ ਸੀ ਹੈਗਾ ਜਿੱਥੇ ਮੈਂ ਜੈਸਮਨ ਨੂੰ ਭੇਜ ਸਕਾਂ, ਜੇ ਉਹ ਮੈਂ ਚਾਹੁੰਦੀ ਹਾਂ ਕਿ ਇਹਨੂੰ ਉਹ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ, ਕਿ ਇਹਦੇ ਲਈ ਇੱਕ, ਕਿਉਂਕਿ ਸਪੈਸ਼ਲ ਬੱਚਾ ਮਤਲਬ ਸਪੈਸ਼ਲ ਅਟੈਂਸ਼ਨ, ਅਤੇ ਇਹਨਾਂ ਦੀ ਲੈਂਗੁਏਜ, ਇਹਨਾਂ ਦੀ ਸਾਈਨ ਲੈਂਗੁਏਜ ਕਿ ਸਾਰਾ ਕੁਝ ਸਿੱਖੇ, ਅਤੇ ਇਸ ਕਰਕੇ ਉਹ ਬੜੇ ਧੱਕੇ ਖਾਧੇ, ਕੋਈ ਪ੍ਰਾਈਵੇਟ ਸਕੂਲ ਨਹੀਂ ਰੱਖਦਾ ਹੈਗਾ ਕੋਈ, ਕਿਉਂਕਿ ਉਹ ਅੱਗੋਂ ਸਿੰਪਲ ਜਿਹਾ ਕਹਿ ਦਿੰਦੇ ਨੇ ਕਿ ਅਸੀਂ ਨਹੀਂ ਕਰਵਾ ਸਕਦੇ ਜਾਂ ਸਾਡੇ ਕੋਲ ਟੀਚਰ ਨਹੀਂ ਹੈਗੇ, ਬਟ ਇਹ ਹੈਗਾ ਕਿ ਬੋਰਡ ਵੱਲੋਂ ਉਹਨਾਂ ਨੂੰ ਸਖ਼ਤ ਹਦਾਇਤ ਹੈ ਕਿ ਤੁਸੀਂ ਸਪੈਸ਼ਲ ਬੱਚੇ ਨੂੰ ਨਾ ਨਹੀਂ ਕਰ ਸਕਦੇ, ਅਤੇ ਉਹ ਬੜਾ ਇੱਕ ਆਂਸਰ ਉਸ ਹਿਸਾਬ ਨਾਲ ਡਿਪਲੋਮੈਟਿਕ ਆਂਸਰ ਕਰ ਦਿੰਦੇ ਨੇ ਕਿ ਸਾਡੇ ਅਸੀਂ ਆਹ ਨਹੀਂ ਕਰਾ ਸਕਦੇ ਇਹਨੂੰ ਸਪੈਸ਼ਲ ਸਕੂਲ, ਉਹਨਾਂ ਲਈ ਕਹਿਣਾ ਬਹੁਤ ਸੌਖਾ ਹੈ ਕਿ ਸਪੈਸ਼ਲ ਸਕੂਲ ਚਲ ਜਾਓ, ਬਟ ਇਹ ਨਹੀਂ ਦੱਸਦੇ ਕਿ ਸਪੈਸ਼ਲ ਸਕੂਲ ਹੈ ਕਿੱਥੇ ਹੈ, ਅਤੇ ਇਸ ਕਰਕੇ ਕਾਫੀ ਸਾਨੂੰ ਸਟਰਗਲ ਕਰਨੀ ਪਈ। ਉਹ ਜਦੋਂ ਸਟਰਗਲ ਕਰਦੇ ਸੀ ਅਲੱਗ ਅਲੱਗ ਸਕੂਲਾਂ 'ਚ ਜਾਂਦੇ ਸੀ, ਉਸ ਸਮੇਂ ਮਨ 'ਚ ਕੀ ਖਿਆਲ? ਹਾਂ, ਸਕੂਲ ਅਸੀਂ ਦੋਨਾਂ ਨੇ ਕਾਫੀ ਦੇਖੇ, ਕਾਫੀ ਇੱਧਰ ਉੱਧਰ ਗਏ, ਜਲੰਧਰ ਗਏ, ਪਟਿਆਲੇ ਗਏ, ਬਟ ਇਹ ਹੈ ਕਿ ਬਹੁਤ ਦੂਰ ਸੀਗੇ, ਮੇਨ ਸੀਗਾ ਕਿ ਅਸੀਂ ਹੋਸਟਲ 'ਚ ਨਹੀਂ ਪਾਉਣਾ, ਅਤੇ ਕਾਫੀ ਸੀਗਾ ਸਾਡੇ ਦੋਨਾਂ ਦੇ ਮਨਾਂ ਵਿੱਚ ਕਿ ਅਸੀਂ ਕੀ ਕਰੀਏ ਬੱਚੇ ਦਾ, ਹੈ ਨਾ, ਆਪਣਾ ਕਿੱਦਾਂ ਕਰਨਾ। ਹਾਰ ਕੇ ਜਦੋਂ ਪਿੰਗਲਵੜ ਦੇ ਅੰਡਰ ਭਗਤ ਪੂਰਨ ਸਿੰਘ ਸਕੂਲ ਮਿਲਿਆ, ਇੱਕ ਲੱਗਾ ਕਿ ਸਕੂਲ ਜੋ ਮੇਰਾ ਸੁਪਨਾ ਸੀਗਾ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਕਰਾਉਂਦੇ ਨੇ, ਕੀ ਕਰਾਉਣਾ, ਮਤਲਬ ਟੀਚਰਸ ਬੈਸਟ ਟੀਚਰਸ ਸੀ ਉਸ ਸਕੂਲ 'ਚ, ਅਤੇ ਇਸ ਕਰਕੇ ਉੱਥੇ ਜਾ ਕੇ ਮਨ ਨੂੰ ਤਸੱਲੀ ਹੋਈ ਕਿ ਨਹੀਂ, ਮੇਰੀ ਬੇਟੀ ਇੱਕ ਸਹੀ ਜਗ੍ਹਾ 'ਤੇ ਆ ਗਈ ਹੈ।